ਗਨ ਪੁਆਇੰਟ ਤੇ ਲੁਟੇਰਿਆਂ ਦੇ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰੇ ਇੱਥੋਂ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਤੇ ਸਵਾਰ ਇਹ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਸੁਨਿਆਰਾ ਦੁਕਾਨ ਦੇ ਵਿੱਚ ਇਕੱਲਾ ਬੈਠਾ ਸੀ। ਇੰਨੇ ਨੂੰ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੋਏ, ਪਿਸਤੌਲ ਤਾਣੇ ਗਏ, ਜਿਸ ਤੋਂ ਬਾਅਦ ਦੁਕਾਨ ਦੇ ਵਿੱਚ ਪਏ ਸੰਦੂਕ ਨੂੰ ਖੋਲਿਆ ਗਿਆ। ਉਸ ਦੇ ਵਿੱਚ ਪਏ ਗਹਿਣੇ ਤੇ ਕੈਸ਼ ਲੈ ਕੇ ਇਹ ਲੁਟੇਰੇ ਫਰਾਰ ਹੋ ਗਏ ਔਰ ਜਾਂਦੇ ਜਾਂਦੇ ਸੀਸੀਟੀਵੀ ਦਾ DVR ਵੀ ਆਪਣੇ ਨਾਲ ਲੈ ਗਏ। ਇਹ ਤਸਵੀਰਾਂ ਬਾਹਰ ਤੋਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਮਹਿਜ਼ 300 ਮੀਟਰ 'ਤੇ ਥਾਣਾ ਹੈ, ਪਰ ਪੁਲਿਸ ਨੂੰ ਕੰਨੋ ਕੰਨ ਖਬਰ ਨਹੀਂ ਹੋਈ। ਇਹ ਲੁਟੇਰੇ ਬੇਖੌਫ ਹੋ ਕੇ ਆਏ ਅਤੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਗਏ। ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਸ ਤਰੀਕੇ ਦੇ ਨਾਲ ਇਹ ਲੁੱਟ ਤੋਂ ਬਾਅਦ ਲੋਕਾਂ ਦੇ ਨਾਲ ਜੱਦੋ ਜਹਿਦ ਕਰਦੇ ਵੀ ਨਜ਼ਰ ਆ ਰਹੇ ਨੇ। ਹਾਲਾਂਕਿ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਕਿਸੇ ਦੇ ਹੱਥ ਵੀ ਨਹੀਂ ਲੱਗੇ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਸਾਹਮਣੇ ਆਈਆਂ ਨੇ। ਮੈਂ ਆਪਣੇ ਦੁਕਾਨ ਤੇ ਬਿੱਲ ਬਣਾਉਂਦਾ ਪਿਆ ਸੀ। ਸਡਨਲੀ 3 ਬੰਦੇ ਆਏ ਗਨ ਪੁਆਇੰਟ ਤੇ ਆ ਕੇ, ਫਿਰ ਉਹਨਾਂ ਨੇ ਗੱਲਾਂ ਬਿੱਲ ਦੋਨੋਂ ਪੇਟੀ ਬੂਟੀ ਖੋਲ ਲਈ ਆ। ਗਨ ਪੁਆਇੰਟ ਦੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ, DVR ਵਗੈਰਾ ਕਿੱਥੇ, ਉਹ ਕਢਾਇਆ ਉਹਨਾਂ ਨੇ ਦੌੜੇ ਪੈ ਗਏ। ਗੱਲ ਕਰੀਏ ਨੁਕਸਾਨ ਦੀ ਤੇ ਕਿੰਨਾ ਕਰਨਾ ਸਰ? ਨੁਕਸਾਨ ਦਾ ਅੰਦਾਜ਼ਾ ਹੈ ਨਹੀਂ ਲਾਇਆ ਜਾ ਸਕਦਾ, ਦੇਖ ਕੇ ਪਤਾ ਲੱਗਦਾ। ਕੈਸ਼ ਥੋੜਾ ਬਹੁਤਾ ਕੈਸ਼ ਸੀਗਾ, ਥੋੜਾ ਬਹੁਤਾ ਸਮਾਨ ਸੀਗਾ, ਉਹ ਅੰਦਾਜ਼ਾ ਦੇਖ ਕੇ ਹੀ ਲਾਇਆ ਜਾ ਸਕਦਾ, ਇੱਦਾਂ ਨਹੀਂ ਪਤਾ ਲੱਗਦਾ। ਕੋਈ ਅੰਦਾਜ਼ਾ ਨਹੀਂ ਸ਼ਾਹੀ, ਸੁਨਿਆਰਿਆਂ ਗੱਲਾਂ ਤੁਹਾਨੂੰ ਪਤਾ ਪਿਆ ਹੁੰਦਾ, ਉਹ ਕੋਈ ਹਿਸਾਬ ਤੇ ਹੁੰਦਾ ਨਹੀਂ, ਰਬੜ ਤੇ ਮੰਨੀ ਦੀ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿੰਨੀ ਕਿਹੜੀ ਕੀ ਪੇਮੈਂਟ ਆਈ ਦੀ ਉਸ ਹਿਸਾਬ ਨਾਲ ਪਤਾ ਲੱਗਦਾ। ਅਤੁਲ ਕੁਮਾਰ ਸੀ ਦੁਕਾਨ ਦਾ ਮਾਲਕ, ਉਹਨੇ ਦੱਸਿਆ ਵੀ ਮੇਰੀ ਚੈਨ ਨਹੀਂ ਖੋ ਕੇ ਲਈ, ਤੈਨੂੰ ਉਹਨੇ ਮੋਟਰਸਾਈਕਲ 'ਤੇ ਆਈ ਸੀ ਸਪਲੈਂਡਰ 'ਤੇ, ਮੈਨੂੰ ਲੈ ਕੇ ਗਨ ਪੁਆਇੰਟ 'ਤੇ ਮੇਰੀ ਚੈਨ ਨਹੀਂ ਲਾ ਰਹੀ, ਮੇਰੀ ਡਾਇਮੰਡ ਦੀ ਮੁੰਦਰੀਆਂ ਸੀ, 2.5 ਲੱਖ ਰੁਪਇਆ ਕੈਸ਼ ਸੀ, ਬਾਕੀ ਹੋਰ ਸਮਾਨ ਸੀ ਅਤੇ ਨਾਲ ਹੀ DVR ਵਗੈਰਾ ਨਾਲ ਲਾ ਕੇ ਲੈ ਗਏ। ਬਾਕੀ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ, ਜਲਦੀ ਦੋਸ਼ੀ ਫੜੇ ਗਏ। ਠੀਕ ਹੈ, ਅਤੇ ਕਿੱਧਰ ਨੂੰ ਕੀ ਹੱਥ ਉਹਨਾਂ ਕੋਈ ਪਹਿਚਾਣ ਹੋਈ, ਜਿੱਦਾਂ ਆਪਣੀ ਸ਼ਾਇਦ CCTV ਕੈਮਰੇ ਲੱਗੇ ਆ, ਕੁਛ ਇੱਦਾਂ ਕੁਛ ਮਾੜੇ ਸਕੂਲ ਨੇ? ਨਹੀਂ, ਕਰ ਰਹੇ, ਕੈਮਰੇ ਖੰਗਾਲ ਰਹੇ ਹਾਂ ਅਸੀਂ, ਲੱਭ ਲਾਂਗੇ, ਜਲਦੀ ਲੱਭੇਗਾ। ਓਕੇ ਜੀ। ਗਨ ਪੁਆਇੰਟ ਤੇ ਲੁਟੇਰਿਆਂ ਦੇ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰੇ ਇੱਥੋਂ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। CCTV ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਤੇ ਸਵਾਰ ਇਹ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਸੁਨਿਆਰਾ ਦੁਕਾਨ ਦੇ ਵਿੱਚ ਇਕੱਲਾ ਬੈਠਾ ਸੀ। ਇੰਨੇ ਨੂੰ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੋਏ, ਪਿਸਤੌਲ ਤਾਣੇ ਗਏ, ਜਿਸ ਤੋਂ ਬਾਅਦ ਦੁਕਾਨ ਦੇ ਵਿੱਚ ਪਏ ਸੰਦੂਕ ਨੂੰ ਖੋਲਿਆ ਗਿਆ। ਉਸ ਦੇ ਵਿੱਚ ਪਏ ਗਹਿਣੇ ਤੇ ਕੈਸ਼ ਲੈ ਕੇ ਇਹ ਲੁਟੇਰੇ ਫਰਾਰ ਹੋ ਗਏ ਔਰ ਜਾਂਦੇ ਜਾਂਦੇ CCTV ਦਾ DVR ਵੀ ਆਪਣੇ ਨਾਲ ਲੈ ਗਏ। ਇਹ ਤਸਵੀਰਾਂ ਬਾਹਰ ਤੋਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਮਹਿਜ਼ 300 ਮੀਟਰ 'ਤੇ ਥਾਣਾ ਹੈ, ਪਰ ਪੁਲਿਸ ਨੂੰ ਕੰਨੋ ਕੰਨ ਖਬਰ ਨਹੀਂ ਹੋਈ। ਇਹ ਲੁਟੇਰੇ ਬੇਖੌਫ ਹੋ ਕੇ ਆਏ ਅਤੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਗਏ। ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਸ ਤਰੀਕੇ ਦੇ ਨਾਲ ਇਹ ਲੁੱਟ ਤੋਂ ਬਾਅਦ ਲੋਕਾਂ ਦੇ ਨਾਲ ਜੱਦੋ ਜਹਿਦ ਕਰਦੇ ਵੀ ਨਜ਼ਰ ਆ ਰਹੇ ਨੇ।
ਹਾਲਾਂਕਿ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕਿਸੇ ਦੇ ਹੱਥ ਵੀ ਨਹੀਂ ਲੱਗੇ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਸਾਹਮਣੇ ਆਈਆਂ ਨੇ। ਮੈਂ ਆਪਣੇ ਦੁਕਾਨ ਤੇ ਬਿੱਲ ਬਣਾਉਂਦਾ ਪਈ ਸੀ, ਸੜਨ ਲਈ ਤਿੰਨ ਬੰਦੇ ਆਏ ਗਨ ਪੁਆਇੰਟ ਤੇ ਆ ਕੇ ਮੇਰਾ ਨਾਲ ਗੱਲਾਂ ਗੁੱਲਾਂ ਦੋਨੋਂ ਪੇਟੀ ਬੂਟੀ ਤੋੜ ਲਈ ਆ। ਗਨ ਪੁਆਇੰਟ ਦੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ, ਡੀਵੀਆਰ ਵਗੈਰਾ ਕਿੱਥੇ, ਉਹ ਕਢਾਇਆ ਉਹਨਾਂ ਨੇ ਦੌੜੇ ਪੈ ਗਏ। ਸਰ ਨੁਕਸਾਨ ਦਾ ਅੰਦਾਜ਼ਾ ਹਜੇ ਨਹੀਂ ਲਾਇਆ ਜਾ ਸਕਦਾ, ਦੇਖ ਕੇ ਪਤਾ ਲੱਗਦਾ। ਕੈਸ਼ ਥੋੜ੍ਹਾ ਬਹੁਤਾ ਕੈਸ਼ ਸੀਗਾ, ਥੋੜ੍ਹਾ ਬਹੁਤਾ ਸਮਾਨ ਸੀਗਾ, ਉਹਨਾਂ ਅੰਦਾਜ਼ਾ ਦੇਖ ਕੇ ਹੀ ਲਾਇਆ ਜਾ ਸਕਦਾ, ਇੱਦਾਂ ਨਹੀਂ ਪਤਾ ਲੱਗਦਾ। ਕੋਈ ਅੰਦਾਜ਼ਾ ਨਹੀਂ ਸ਼ਾਹੀ, ਸੁਨਿਆਰਿਆਂ ਗੱਲਿਆਂ ਦਾ ਰੁਪਾ ਪਿਆ ਹੁੰਦਾ, ਉਹ ਕੋਈ ਹਿਸਾਬ ਤੇ ਹੁੰਦਾ ਨਹੀਂ, ਰਬੜ ਤੇ ਹੁੰਦੀ ਨਹੀਂ। ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿਹਦੀ ਕਿਹੜੀ ਕੀ ਪੇਮੈਂਟ ਆਈ ਸੀ ਉਸ ਹਿਸਾਬ ਨਾਲ ਪਤਾ ਲੱਗਦਾ। ਸਾਨੂੰ 8:40 ਦੇ ਫੋਨ ਆਇਆ ਸੀਗਾ, ਇੱਦਾਂ ਕਰਕੇ ਠੰਡ ਦੇ ਅਗਲੇ ਪਾਸੇ ਜਿਹੜੀ ਜਦੋਂ ਮੁੜਦੇ ਮੋੜ ਬੱਸ ਸਟੈਂਡ ਦੇ ਸਾਹਮਣੇ ਖੋਹ ਹੋ ਗਈ ਹੈ ਗਨ ਪੁਆਇੰਟ 'ਤੇ, ਅਤੇ ਮੌਕੇ ਦੇਖਿਆ ਜਾ ਕੇ ਉਹਦੀ ਅਤੁਲ ਕੁਮਾਰ ਸੀ ਦੁਕਾਨ ਦਾ ਮਾਲਕ, ਉਹਨੇ ਦੱਸਿਆ ਵੀ ਮੇਰੀ ਚੈਨੀ ਖੋਹ ਕੇ ਲਿਆ, ਤੈਨੂੰ ਉਹਨੇ ਮੋਟਰਸਾਈਕਲ 'ਤੇ ਆਈ ਸੀ ਸਪਲੈਂਡਰ 'ਤੇ, ਮੈਨੂੰ ਲੈ ਕੇ ਗਨ ਪੁਆਇੰਟ 'ਤੇ ਮੇਰੀ ਚੈਨੀ ਲਾ ਰਹੀ, ਮੇਰੀ ਡਾਇਮੰਡ ਦੀ ਮੁੰਦਰੀਆਂ ਸੀ, 2.5 ਲੱਖ ਰੁਪਇਆ ਕੈਸ਼ ਸੀ, ਬਾਕੀ ਹੋਰ ਸਮਾਨ ਸੀ, ਅਤੇ ਨਾਲੇ ਡੀ ਵੀ ਆਰ ਵਗੈਰਾ ਨਾਲ ਲਾ ਕੇ ਲੈ ਗਏ। ਬਾਕੀ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ, ਜਲਦੀ ਦੋਸ਼ੀ ਫੜੇ ਜਾਣ। ਠੀਕ ਹੈ, ਅਤੇ ਕਿੱਧਰ ਨੂੰ ਕੀ ਹੱਥ ਉਹਨਾਂ ਕੋਈ ਪਹਿਚਾਣ ਹੋਈ ਜਿੱਦਾਂ ਆਪਣੇ ਸ਼ਹਿਰ 'ਚ ਸੀ ਸੀ ਟੀ ਕੈਮਰੇ ਲੱਗੇ ਆ ਕੁਛ ਇੱਦਾਂ ਕੁਛ ਮਾੜੇ ਸਕੂਲ ਨੇ? ਕਰ ਰਹੇ ਕੈਮਰੇ ਖੰਗਾਲ ਰਹੇ ਹਾਂ ਅਸੀਂ, ਲੱਭ ਲਾਂਗੇ, ਜਲਦੀ ਲੱਭੇਗਾ।